ਡਿਮਾਂਡ ਦੇ ਬੇਸਿਸ ਕੀ ਹੋਣਗੇ? ਡਿਮਾਂਡ ਕਿਹਨਾਂ ਦੇ ਉੱਪਰ ਡਿਪੈਂਡ ਕਰਦੀ ਮੀਨਸ ਇਹ ਵਿੱਚ ਸਮਝ ਲਈ ਟਾਈਪਸ ਆਫ ਗੁੱਡ ਐਂਡ ਡਿਮਾਂਡ ਕਮਾਂਡ ਬੇਸਿਸ ਕੀ ਹੋਣਗੇ ਜਿੱਤੀ ਟੋਪਿਕ ਮੁਝੇ ਹੈ ਦੇਖੋ ਇਹਨਾਂ ਲਿਖਿਆ ਹੈਗਾ ਤੁਹਾਡੇ ਕੋਲ ਦ ਬੇਸਿਸ ਸੋਰਸ ਆਫ ਡਿਮਾਂਡ ਆਫ ਇੰਡੀਵਿਜੁਅਲ ਇੰਡੀਵਿਜੁਅਲ ਨੀਡਸ ਪ੍ਰੋਡਕਟ ਸਰਵਿਸ ਐਂਡ ਦੇ ਆਰ ਵਿਲਿੰਗ ਟੂ ਪੇ ਫੋਰ ਪ੍ਰਾਈਸ ਸਾਡੀਆਂ ਇੰਡੀਵਿਜੁਅਲ ਦੀਆਂ ਨੀਡਸ ਨੇ ਜਿਹੜੀਆਂ ਡਿਮਾਂਡ ਦੇ ਬੇਸਿਸ ਹੈਗੀਆਂ ਅਗਰ ਸਾਡੀਆਂ ਨੀਡਸ ਹੋਣਗੀਆਂ ਤਾਂ ਸਾਡੀ ਡਿਮਾਂਡ ਨਿਕਲ ਕੇ ਆਏਗੀ ਅਗਰ ਨੀਡਸ ਨਹੀਂ ਹੋਣਗੇ ਤਾਂ ਡਿਮਾਂਡ ਨਹੀਂ ਆਏਗੀ ਕਿਉਂਕਿ ਜਦ ਤੱਕ ਅਸੀਂ ਆਪਣੀ ਨੀਡਸ ਨਹੀਂ ਲੈ ਕੇ ਆਵਾਂਗੇ ਤਾਂ ਡਿਮਾਂਡ ਕਦੀ ਵੀ ਨਿਕਲ ਕੇ ਨਹੀਂ ਆਉਣੀ ਤਾਂ ਬੇਸਿਸ ਜਿਹੜਾ ਡਿਮਾਂਡ ਦੀ ਹੈਗੀ ਕਿ ਇਹ ਸਾਡੀ ਪਰਸਨਲ ਇੰਡੀਵਿਜੁਅਲ ਦੀਆਂ ਨੀਡਸ ਨੇ ਇਗਜ਼ਾਮਪਲ ਇਹ ਤੇਰੇ ਕੋਲ ਨਹੀਂ ਹੈ ਤਾਂ ਸਮਝ ਲੈ ਤੂੰ ਇਹਦੇ ਬਾਰੇ ਵੀ ਡਿਮਾਂਡ ਦੀ ਬੇਸਿਸ ਕੀ ਇੰਡੀਵਿਜੁਅਲ ਨੀਡਸ ਨੇ ਅਗਰ ਤੁਹਾਡੀਆਂ ਨੀਡਸ ਨਹੀਂ ਹੋਣਗੀਆਂ ਤਾਂ ਕਦੀ ਵੀ ਡਿਮਾਂਡ ਨਹੀਂ ਆਉਣੀ ਅੱਗੇ ਤੁਹਾਡੇ ਕੋਲ ਦੋ ਨੰਬਰ ਦੇ ਵਿੱਚ ਕੁਐਸਚਨ ਆ ਸਕਦੇ ਨੇ ਟਾਈਪਸ ਜਿਵੇਂ ਪੁੱਛਦਾ ਡਾਇਰੈਕਟ ਡਿਮਾਂਡ ਔਰ ਡਿਰਾਈਵ ਡਿਮਾਂਡ ਕੀ ਹੁੰਦੀ ਡਾਇਰੈਕਟ ਡਿਮਾਂਡ ਕੀ ਹੋਗੀ ਸਾਡੀ ਇਗਜ਼ਾਮਪਲ ਜਿਹਨੂੰ ਅਸੀਂ ਡਾਇਰੈਕਟਲੀ ਸਾਨੇ ਆ ਮੀਨਸ ਸਾਡੇ ਲਈ ਰੋਟੀ ਕੱਪੜਾ ਮਕਾਨ ਸਾਡੇ ਲਈ ਇਹ ਕੀ ਅਗਰ ਚੀਜ਼ਾਂ ਹੋਣਗੀਆਂ ਸਾਡੀਆਂ ਡਾਇਰੈਕਟ ਡਿਮਾਂਡ ਨੇ ਸਾਨੂੰ ਕਿਸੇ ਵੀ ਹਾਲਤ ਚਾਹੀਦੀਆਂ ਨੇ ਮੀਨਸ ਸਾਡੀ ਡਿਮਾਂਡ ਜਦੋਂ ਕਿਸੇ ਚੀਜ਼ ਦੇ ਉੱਪਰ ਡਿਪੈਂਡ ਨਹੀਂ ਹੁੰਦੀ ਅਸੀਂ ਉਹਨੂੰ ਕਵਾਂਗੇ ਡਾਇਰੈਕਟ ਡਿਮਾਂਡ ਜਿਹੜੀ ਡਰਾਈਵ ਡਿਮਾਂਡ ਹੁੰਦੀ ਹੈ ਇਹਨੂੰ ਡਿਪੈਂਡ ਡਿਮਾਂਡ ਵੀ ਕਹਿੰਦੇ ਜਦੋਂ ਸਾਡੀ ਡਿਮਾਂਡ ਕਿਸੇ ਚੀਜ਼ ਦੇ ਉੱਪਰ ਡਿਪੈਂਡ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਕਵਾਂਗੇ ਡਰਾਈਵ ਡਿਮਾਂਡ ਇਗਜ਼ਾਮਪਲ ਤੁਸੀਂ ਘਰ ਬਣਾਉਣਾ ਹੈ ਉਹ ਕਿਹਦੇ ਉੱਪਰ ਡਿਪੈਂਡ ਕਰਦਾ ਹੈਗਾ ਮਜ਼ਦੂਰਾਂ ਦੇ ਉੱਪਰ ਅਗਰ ਮਜ਼ਦੂਰ ਹੋਣਗੇ ਤਾਂ ਤੁਹਾਡਾ ਘਰ ਬਣੇਗਾ ਤਾਂ ਅਸੀਂ ਇਹਦੀ ਡਿਮਾਂਡ ਨੂੰ ਕੀ ਕਵਾਂਗੇ ਡਰਾਈਵ ਜਾਂ ਫਿਰ ਡਿਪੈਂਡ ਡਿਮਾਂਡ ਠੀਕ ਹੈ ਨੈਕਸਟ ਤੁਹਾਡੇ ਕੋਲ ਇੰਪੋਰਟੈਂਟ 10 ਨੰਬਰ ਦਾ ਕੁਐਸਚਨ ਆਏਗਾ ਲਾ ਆਫ ਡਿਮਾਂਡ ਕੀ ਹੁੰਦਾ ਲਾ ਆਫ ਡਿਮਾਂਡ ਜਿਹੜਾ ਤੁਹਾਡਾ ਦਿਖਾਉਂਦਾ ਹੈਗਾ ਪ੍ਰਾਈਸ ਨਾਲ ਰਿਲੇਸ਼ਨਸ਼ਿਪ ਦਿਖਾਏਗਾ ਇਹਦੇ ਉੱਪਰ ਤੁਹਾਨੂੰ ਨਾਲ ਜਦੋਂ ਵੀ ਆਏਗਾ ਤੁਹਾਨੂੰ ਇੱਕ ਜਗ੍ਹਾ ਚਾਰਟ ਜਿਹਾ ਬਣਾ ਕੇ ਦਿਖਾਉਣਾ ਪਏਗਾ ਫਿਰ ਉਹਦਾ ਗ੍ਰਾਫ ਵੀ ਬਣਾਉਣਾ ਪਏਗਾ ਠੀਕ ਹੈ ਜਦੋਂ ਵੀ ਤੁਹਾਨੂੰ ਮੋਸਟਲੀ ਆਉਂਦਾ ਹੀ ਹੈ 10 ਨੰਬਰ ਦਾ ਕੁਐਸਚਨ ਲਾ ਆਫ ਡਿਮਾਂਡ ਕੀ ਹੈ ਤੁਹਾਨੂੰ ਪ੍ਰਾਈਸ ਔਰ ਡਿਮਾਂਡ ਦਾ ਰਿਲੇਸ਼ਨਸ਼ਿਪ ਦਿਖਾਉਣਾ ਹੋਏਗਾ ਅਗਰ ਪ੍ਰਾਈਸਿਸ ਜ਼ਿਆਦਾ ਹੋਣਗੀਆਂ ਤਾਂ ਡਿਮਾਂਡ ਘੱਟ ਹੋਏਗੀ ਅਗਰ ਪ੍ਰਾਈਸਿਸ ਘੱਟ ਹੋਣਗੀਆਂ ਤਾਂ ਡਿਮਾਂਡ ਜ਼ਿਆਦਾ ਹੋਏਗੀ ਦੇਖੋ ਜਿਵੇਂ ਇਹਨਾਂ ਨੇ ਲਿਖਿਆ ਹੋਇਆ ਵੀ ਸ਼ਡਿਊਲ ਨੀਚੇ ਬਣਾਇਆ ਹੈ ਪ੍ਰਾਈਸ ਦਿਖਾਈਆਂ 2.0 1.5 0.5 ਫਿਰ ਉਸ ਸਮੇਂ ਕੁਆਂਟਿਟੀ ਆਫ ਡਿਮਾਂਡ ਵੀ ਹੈ ਜਦੋਂ ਪ੍ਰਾਈਸ 2 ਸੀ ਤਾਂ ਡਿਮਾਂਡ 1 ਸੀਗੀ ਪ੍ਰਾਈਸ ਥੋੜੀ ਘੱਟੀ ਤਾਂ ਡਿਮਾਂਡ 2 ਦੀ ਹੋਗੀ ਹੋਰ ਘੱਟੀ ਤਾਂ 3 ਦੀ ਹੋਗੀ ਜੇ ਮੈਂ ਜਦੋਂ 0.5 ਤੇ ਚਲੀ ਗਈ ਤਾਂ ਪ੍ਰਾਈਸ ਡਿਮਾਂਡ ਜ਼ੋ ਜ਼ਿਆਦਾ ਹੋਗੀ ਉਹੀ ਅੱਗੇ ਉਹਨਾਂ ਨੇ ਡਿਮਾਂਡ ਦਾ ਕਰਵ ਬਣਾਇਆ ਹੋਇਆ ਉਹ ਕਿਸ ਤਰ੍ਹਾਂ ਬਣਾਇਆ ਹੋਇਆ ਦੇਖ ਲਓ ਤੁਸੀਂ ਉਹਦੇ ਵਿੱਚ ਐਗਜ਼ਾਮਪਲ ਨੂੰ ਦੇਖਣ ਦੀ ਲੋੜ ਨਹੀਂ ਹੈ ਜਾਂ ਫਿਰ ਮੈਂ ਸਮਝਾ ਦਵਾਂ ਇੱਕ ਜਗ੍ਹਾ ਤੁਸੀਂ ਜਿਹੜੀ ਲਓਗੇ ਉਹ ਲਓਗੇ ਆਲਵੇਸ ਇਹਦੇ ਤੁਸੀਂ ਲੈ ਲਓਗੇ ਪ੍ਰਾਈਸ ਕੁਝ ਪੁਆਇੰਟ ਨੂੰ ਰੱਖਣੇ ਹੋਣਗੇ ਸੇਮ ਐਗਜ਼ਾਮਪਲ ਇੱਥੇ ਅਸੀਂ ਲੈਣੇ ਪ੍ਰਾਈਸ 1 2 3 4 ਡਿਮਾਂਡ ਵੀ ਸੇਮ ਇਸ ਤਰ੍ਹਾਂ